ਜੀ ਰਾਹੁਲ ਗਾਂਧੀ ਦੀ ਹਾਜ਼ਰੀ 'ਚ ਲੁਧਿਆਣਾ ਦੇ ਵਿੱਚ ਦੋ ਕਾਂਗਰਸ ਦੇ ਵੱਡੇ ਲੀਡਰ ਆਪਸ ਵਿੱਚ ਹੀ ਉਲਝ ਪਏ ਜੀ? ਇਹ ਅਸਲ 'ਚ ਗਲਤੀ ਨਾਲ ਲੁਧਿਆਣਾ ਹੋ ਗਿਆ ਜੀ, ਹਰਿਆਣਾ ਹੈ ਜੀ, ਰਾਹੁਲ ਗਾਂਧੀ ਕੱਲ ਜਿਹੜਾ ਹੈਗਾ ਚਰਖੀ ਲਾਦਰੀ ਵਾਲਾ ਇਲਾਕਾ ਉੱਥੇ ਆਏ ਸੀ ਚੋਣ ਕੰਪੇਨ ਵਾਸਤੇ, ਔਰ ਉੱਥੋਂ ਜਿਹੜੀ ਕਿਸੇ ਜ਼ਮਾਨੇ ਦੇ ਵਿੱਚ ਟਿਕਟ ਹੁੰਦੀ ਸੀਗੀ ਉਹ ਕੁੜੀ ਸੀਗੀ ਚੌਧਰੀ ਬੰਸੀ ਲਾਲ ਦੀ ਪੋਤਰੀ, ਉਹਨੂੰ ਟਿਕਟ ਮਿਲਦੀ ਹੁੰਦੀ ਸੀ, ਕਿਰਨ ਚੌਧਰੀ ਦੀ ਬੇਟੀ ਹੈ ਔਰ ਉਹ ਟਿਕਟ ਮੰਗਦੀ, ਸ਼ਰੂਤੀ ਉਹਦਾ ਨਾਂ ਸੀਗਾ, ਸ਼ਰੂਤੀ ਨੂੰ ਟਿਕਟ ਮਿਲਦੀ ਹੁੰਦੀ ਸੀ। ਐਤਕੀ ਕਿਉਂਕਿ ਜਿਹੜੀ ਇਹ ਜਾਟ ਲਾਬੀ ਹੈ ਨਾ ਜੀ ਹਰਿਆਣੇ ਦੀ, ਇਹਨਾਂ ਦੀ ਜਾਟ ਲਾਬੀ ਦੀ ਆਪਸ ਮੇ ਜਿਹੜੀ ਅਣਬਣ ਬਹੁਤ ਜ਼ਿਆਦਾ ਹੈ। ਭੁਪਿੰਦਰ ਸਿੰਘ ਹੁੱਡਾ ਇਸ ਵੇਲੇ ਜਿਹੜੀ ਹਰਿਆਣੇ ਦੀ ਕਾਂਗਰਸ ਪਾਰਟੀ ਦੇ ਸਭ ਤੋਂ ਵੱਡੇ ਲੀਡਰ ਆ, ਕਰਤਾ ਧਰਤਾ ਬਣੇ ਹੋਏ ਹੈ ਔਰ ਉਹ ਇਹਨਾਂ ਦੇ ਵਿੱਚ ਇੱਕ ਦੂਜੇ ਨਾਲ ਜੈਲਸੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਨੇੜੇ ਨਹੀਂ ਆਉਂਦੇ। ਕਿਸੇ ਜ਼ਮਾਨੇ ਦੇ ਵਿੱਚ ਚੌਧਰੀ ਬੰਸੀ ਲਾਲ ਦੀ ਤੂਤੀ ਬੋਲਦੀ ਹੁੰਦੀ ਸੀ ਐਮਰਜੈਂਸੀ ਵੇਲੇ ਵੀ, ਜਿਹੜੇ ਧੱਕੇ ਵਗੈਰਾ ਹੋਏ ਸੀ ਉਹਨਾਂ 'ਚ ਵੀ ਉਹਨਾਂ ਦਾ ਨਾਂ ਬੋਲਦਾ ਸੀ। ਚੌਧਰੀ ਬੰਸੀ ਲਾਲ ਤੋਂ ਬਾਅਦ ਉਹਨਾਂ ਦਾ ਬੇਟਾ ਸੁਰਿੰਦਰ ਸਿੰਘ ਸੀ, ਉਹਦੀ ਇੱਕ ਹਾਦਸੇ 'ਚ ਮੌਤ ਹੋ ਗਈ ਸੀ, ਫਿਰ ਉਹਦੀ ਵਾਈਫ ਜਿਹੜੀ ਹੈ ਕਿਰਨ ਚੌਧਰੀ ਉਹ ਵੀ MP ਬਣੀ, MLA ਬਣਦੀ ਰਹੀ, ਵਜ਼ੀਰ ਵੀ ਬਣੀ ਹੈ ਔਰ ਫਿਰ ਬਾਅਦ ਵਿੱਚ ਬੇਟੀ ਵੀ ਉਹਨਾਂ ਦੀ ਜਿਹੜੀ ਹੈਗੀ ਸ਼ਰੂਤੀ ਉਹ ਵੀ MP ਬਣਦੀ ਰਹੀ ਹੈ, ਲੇਕਿਨ ਐਤਕੀ ਸ਼ਰੂਤੀ ਦਾ ਜਿਹੜਾ ਹੈਗਾ ਦਾ ਨਹੀਂ ਲੱਗਿਆ ਤੇ ਉਹਦੇ ਤੇ ਕਾਟਾ ਫੇਰ ਕੇ ਹੁੱਡਾ ਸਾਹਿਬ ਨੇ ਆਪਣੇ ਕਰੀਬੀ ਦਾਨ ਸਿੰਘ ਨੂੰ ਜਿਹੜਾ ਹੈਗਾ ਉੱਥੋਂ ਦੀ ਟਿਕਟ ਦਵਾਤੀ। ਰਾਹੁਲ ਗਾਂਧੀ ਕੱਲ ਜਦੋਂ ਕੰਪੇਨ ਦੇ ਉੱਤੇ ਆਇਆ ਤੇ ਉਹ ਵਿਚਕਾਰ ਬੈਠਾ ਸੀ, ਇੱਕ ਪਾਸੇ ਬੈਠੀ ਸੀ ਸ਼ਰੂਤੀ ਦੀ ਮਾਂ ਕਿਰਨ ਚੌਧਰੀ, ਕਿਰਨ ਚੌਧਰੀ ਕਿਉਂਕਿ ਪਹਿਲਾਂ ਪਾਸੇ ਬੈਠੀ ਸੀ, ਜਦੋਂ ਹੁੱਡਾ ਸਾਹਿਬ ਬੋਲਣ ਲੱਗ ਗਏ ਸੀਟ ਖਾਲੀ ਹੋ ਗਈ ਤੇ ਉਹ ਆ ਕੇ ਚੇਅਰ ਤੇ ਬਹਿ ਗਈ ਤੇ ਦੂਜੇ ਪਾਸੇ ਦਾਨ ਸਿੰਘ ਬੈਠੇ ਸੀ, ਤਾਂ ਉਸ ਵੇਲੇ ਕਿਰਨ ਚੌਧਰੀ ਨੇ ਕੰਪਲੇਂਟ ਕੀਤੀ ਦਾਨ ਸਿੰਘ ਦੀ ਕਿ ਜੀ ਇਹ ਬੰਦਾ ਜਿਹੜਾ ਹੈਗਾ ਮੈਨੂੰ ਜਿਹੜੀ ਹੈ ਮੇਰਾ ਸਹਿਯੋਗ ਨਹੀਂ ਲੈਂਦਾ, ਸਾਨੂੰ ਟਿਕਟ ਨਹੀਂ ਮਿਲੀ ਵੱਖਰੀ ਗੱਲ ਆ, ਲੇਕਿਨ ਅਸੀਂ ਕਾਂਗਰਸ ਪਾਰਟੀ ਵਾਸਤੇ ਕੰਮ ਕਰਨਾ ਚਾਹੁੰਦੇ ਹਾਂ, ਜਦੋਂ ਵੀ ਕੋਈ ਲੀਡਰ ਆਉਂਦਾ ਕੋਈ ਪ੍ਰੋਗਰਾਮ ਬਣਦਾ ਤਾਂ ਇਹ ਪ੍ਰੋਗਰਾਮ ਆਪ ਮੁਹਾਰੇ ਬਣਾ ਲੈਂਦੇ, ਸਾਨੂੰ ਉਹਦੀ ਇਤਲਾਹ ਵੀ ਨਹੀਂ ਦਿੱਤੀ ਜਾਂਦੀ ਔਰ ਉੱਥੇ ਉਹਨੇ ਅੱਗੋਂ ਕੁਛ ਦਾਨ ਸਿੰਘ ਨੇ ਕਿਹਾ ਤਾਂ ਫਿਰ ਦੋਨੇ ਇੱਕ ਦੂਜੇ ਦੇ ਵਾਲਾ ਉਂਗਲਾ ਕਰਦੇ ਦੇਖੇ ਗਏ, ਤੂੰ ਹੈ ਤੂੰ ਹੈ, ਤਾਂ ਰਾਹੁਲ ਗਾਂਧੀ ਪਹਿਲਾਂ ਚੁੱਪ ਕਰਕੇ ਬੈਠਾ ਰਿਹਾ, ਫਿਰ ਥੋੜ੍ਹਾ ਜਿਹਾ ਦਾਨ ਸਿੰਘ ਨੂੰ ਕਿਹਾ ਵੀ ਨਹੀਂ, ਇਸ਼ਾਰਾ ਕੀਤਾ, ਉਹ ਇਸ਼ਾਰੇ ਤੋਂ ਪਤਾ ਲੱਗਦਾ ਕਿ ਤੁਸੀਂ ਇਹਦਾ ਸਹਿਯੋਗ ਲਿਆ ਕਰੋ, ਇਹਦੇ ਨਾਲ ਰਾਏ ਮਸ਼ਵਰਾ ਕਰ ਲਿਆ ਕਰੋ। ਇਹਦੀ ਮੀਨ ਟਾਈਮ ਜਿਹੜਾ ਰਾਹੁਲ ਗਾਂਧੀ ਦਾ ਨਾਂ ਬੋਲਤਾ ਕਿ ਜੀ ਉਹ ਬੋਲਣਗੇ, ਉਹ ਫਿਰ ਮੰਚ ਤੇ ਚਲੇ ਗਏ, ਮਾਈਕ ਤੇ ਖੜ ਕੇ ਤੇ ਉਹਨੇ ਬੋਲਣਾ ਸ਼ੁਰੂ ਕਰ ਦਿੱਤਾ। ਅੱਗੇ ਕੀ ਗੱਲ ਹੋਈ ਹੈ ਇਹ ਜਾਣਕਾਰੀ ਨਹੀਂ ਮਿਲੀ, ਲੇਕਿਨ ਇਹ ਗੱਲ ਆਪਾਂ ਨੂੰ ਮੰਨਣੀ ਪੈਣੀ ਹੈ ਕਿ ਹਰਿਆਣੇ ਦੇ ਵਿੱਚ ਫਿਜ਼ਾ ਜਿਹੜੀ ਹੈਗੀ ਹੈ ਉਹ ਕਾਂਗਰਸ ਦੇ ਹੱਕ ਵਿੱਚ ਹੈ, ਹਵਾ ਕਾਂਗਰਸ ਦੇ ਹੱਕ ਵਿੱਚ ਚੱਲ ਰਹੀ ਹੈ, ਲੇਕਿਨ ਪ੍ਰੋਬਲਮ ਇਹ ਹੈ ਕਿ ਕਾਂਗਰਸ ਪਾਰਟੀ ਦੇ ਲੀਡਰ ਚਾਹੇ ਪੰਜਾਬ ਦੇ ਹੋਣ ਚਾਹੇ ਹਰਿਆਣੇ ਦੇ ਹੋਣ, ਇਹ ਉੱਤਰੀ ਭਾਰਤ ਦੇ ਲੀਡਰਾਂ ਦੇ ਵਿੱਚ ਇੱਕ ਪ੍ਰੋਬਲਮ ਹੈ ਵੀ ਇਹ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਆ, ਉਹਨਾਂ ਨੁਕਸਾਨ ਦੁਸ਼ਮਣ ਨਹੀਂ ਕਰਦੇ ਜਿੰਨਾ ਨੁਕਸਾਨ ਇੱਕ ਦੂਜੇ ਦਾ ਇਹ ਆਪ ਕਰ ਲੈਂਦੇ ਹੈ। ਇਹੀ ਹਾਲਤ ਪੰਜਾਬ ਦੀ ਹੈ, ਇਹੀ ਹਾਲਤ ਹਰਿਆਣੇ ਦੀ ਹੈ ਔਰ ਵੇਖੋ ਹੁਣ ਅੱਗੇ ਕੀ ਬਣਦਾ ਹੈ। ਇਹ ਜਿਹੜੀ ਇਹਨਾਂ ਦੀ ਫੁੱਟ ਹੈ, ਕਿਤੇ ਇਹਨਾਂ ਦੀ ਫੁੱਟ ਦਾ ਫਾਇਦਾ BJP ਨਾ ਉਠਾ ਜਾਵੇ ਜੀ। ਲੱਖਾ ਢਿਲੋਣਾ ਨੇ ਪੁੱਛਿਆ ਜੀ, ਕਹਿੰਦੇ ਮੋਦੀ ਸਾਹਿਬ ਦੀ ਕੀ ਅਪਡੇਟ ਆ ਪੰਜਾਬ ਬਾਰੇ ਜੀ? ਮੋਦੀ ਸਾਹਿਬ ਨੇ ਆਉਣਾ ਜੀ, ਪਰ ਉਹਨਾਂ ਦਾ ਵਿਰੋਧ ਬਹੁਤ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ। ਕੱਲ ਸਾਰਾ ਦਿਨ ਜਿਹੜੇ ਕਿਸਾਨਾਂ ਦੇ ਨਾਲ ਮੀਟਿੰਗਾਂ ਚੱਲਦੀਆਂ ਰਹੀਆਂ ਪੁਲਿਸ ਅਫਸਰਾਂ ਦੀਆਂ, ਕਿਉਂਕਿ ਪੋਲੋ ਗਰਾਊਂਡ ਦੇ ਵਿੱਚ ਮੋਦੀ ਸਾਹਿਬ ਨੇ ਐਡਰੈਸ ਕਰਨਾ ਤੇ ਕਿਸਾਨਾਂ ਨੇ ਵੀ ਕਹਿ ਦਿੱਤਾ ਜੀ ਅਸੀਂ ਤਾਂ ਉੱਥੇ ਹੀ ਜਾਵਾਂਗੇ। ਉਹਨਾਂ ਨੇ ਕਿਹਾ ਅਸੀਂ ਪੀਸਫੁਲ ਵਿਰੋਧ ਕਰਾਂਗੇ, ਸਵਾਲ ਪੁੱਛ ਰਹੇ ਹੈ, ਜੇ ਤਾਂ ਸਾਨੂੰ ਕੋਲੇ ਜਾਣ ਦੇ ਦੋਗੇ ਠੀਕ ਹੈ, ਜੇ ਕੋਲੇ ਨਾ ਜਾਣ ਦੇਵੋਗੇ ਤਾਂ ਮਾਈਕ ਸਾਡੇ ਕੋਲੇ ਹੈ, ਸਪੀਕਰ ਸਾਡੇ ਕੋਲੇ ਹੈ, ਅਸੀਂ ਆਪਣੇ ਕੁਐਸਚਨ ਜਿਹੜੇ ਹੈਗੇ ਉੱਥੋਂ ਰੇਜ਼ ਕਰਾਂਗੇ। ਪਰ ਕਿਉਂਕਿ ਆਪਾਂ ਨੂੰ ਪਤਾ ਵੀ ਜਦੋਂ 2022 'ਚ ਵੀ ਮੋਦੀ ਸਾਹਿਬ ਇੱਥੇ ਆਏ ਆ ਉਦੋਂ ਉਹਨਾਂ ਦੀ ਜਿਹੜੀ ਹੈਗੀ ਹੈ ਯਾਤਰਾ ਦੇ ਵਿੱਚ ਰੁਕਾਵਟ ਪੈ ਗਈ ਸੀ, ਫਿਰੋਜ਼ਪੁਰ ਦੇ ਪੁਲ ਦੇ ਉੱਤੇ ਕਿਸਾਨ ਆ ਗਏ ਸੀ ਔਰ ਉਸ ਵੇਲੇ ਉਹ ਵਾਪਸ ਮੁੜ ਗਏ ਸੀ, ਕਾਫੀ ਜਿਹੜੇ ਹੈਗੇ ਆ ਜਿਹੜੇ ਕੋਈ ਐਲਾਨ ਵਗੈਰਾ ਕਰਨੇ ਸੀ ਉਹ ਰਹਿ ਗਏ ਸੀ, ਤੇ ਤੁਹਾਨੂੰ ਪਤਾ ਵੀ ਉਸ ਵੇਲੇ ਫਿਰ ਕਈ ਅਫਸਰ ਆ ਜਿਹੜੇ ਉਹ
ਡਿਸਿਪਲਨਰੀ ਕਾਰਵਾਈ ਦਾ ਸ਼ਿਕਾਰ ਹੋ ਗਏ ਸੀ। ਪੁਲਿਸ ਅਫਸਰ ਨੂੰ ਇਸ ਗੱਲੋਂ ਡਰ ਰਿਹਾ ਕਿ ਬਲਿਊ ਬੁੱਕ ਦੇ ਮੁਤਾਬਕ ਪ੍ਰਧਾਨ ਮੰਤਰੀ ਨੂੰ